ਖੁੱਲ੍ਹਣ ਵਾਲੀ ਕੱਲ ਹੁਜਾ ਉੱਤੇ ਬਨੇ ਲਹਸਨ ਸਲਵਾਤੋ ਕਾਲੇ ਵਾਲਾ ਵਬਾਈ ਫੀਆ ਦੇ ਸਾ ਉੱਤੇ ਵਫੀ ਕੁੱਲੇ ਸਾ ਸਦ ਲੈ ਲਨਾ ਵਲੀਯਨ ਵਾਹਫਿਦਨ ਵਕਾਇਦਨ ਵਨਾ ਸਿਰਨ ਮਦਲੀ ਮੁਹੰਮਦ ਵਾਜਿਲ ਫਰਜਾ ਆਲੇ ਮੁਹੰਮਦ ਉੱਚੀ ਸਲਵਾ ਸਲਵਾਤਾਂ ਪੜ੍ਹਨਾ ਬਹੁਤ ਬੜੀ ਇਬਾਦਤ ਹੈ। ਇਬਾਦਤ ਸਮਝ ਕੇ ਸਾਰੇ ਸਲਵਾਤ ਕੁਝ ਬੰਦੇ ਸਲਵਾਤ ਪੜ੍ਹ ਰਹੇ ਹਨ, ਕੁਝ ਨਹੀਂ ਪੜ੍ਹ ਰਹੇ। ਇਤਨਾ ਮਜਮਾ ਹੋਵੇ ਅਤੇ ਸਲਵਾਤ ਦੀ ਆਵਾਜ਼ ਨਾ ਹੋਵੇ ਫਿਰ ਨਾਰੇ ਤਕਬੀਰ ਉੱਚੀ ਬੋਲੋ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰਾਇ ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਆਲੇ ਮੁਹੰਮਦ ਦੁਸ਼ਮਣਾਂ ਤੇ ਲਾਨਤ, ਪਾਕ ਸੈਯਦਾਂ ਦੇ ਕਾਤਲਾਂ ਤੇ ਲਾਨਤ, ਅਜ਼ਾਦਾਰੀ ਦੇ ਦੁਸ਼ਮਣਾਂ ਤੇ ਲਾਨਤ, ਅਜ਼ਾਦਾਰਾਂ ਦੇ ਦੁਸ਼ਮਣਾਂ ਤੇ ਲਾਨਤ। ਸਲਵਾਤ ਇੱਕੋ ਬਾਵਾ ਦੇ ਬੁਲੰਦ ਮੈਂ ਡਿਊਟੀ ਮੌਲਾ ਦੀ ਸ਼ੁਰੂ ਕਰਾਂ। ਬੜੇ ਬੜੋਂ ਸੇ ਬੜਾ ਹੈ ਹੁਸੈਨ ਕਾ ਸਵਰ, ਨਾਲ ਤੁਹਾਨੂੰ ਸਲਾਮਤ ਰੱਖੇ। ਬਾਣੀ ਦੀ ਹੈਸੀਅਤ ਨਾਲ ਸੁਬਹ ਦਾ ਹਾਜ਼ਰ ਹਾਂ ਔਰ ਸ਼ਾਮ ਤੱਕ ਇੱਥੇ ਹਾਂ। ਮੇਰੇ ਭਾਈ ਦਾ ਹੁਕਮ ਆਈ, ਸ਼ਫਕਤ ਭਾਈ ਦਾ, ਸ਼ੌਕਤ ਭਾਈ ਦਾ, ਉਸ ਆਖਿਆ ਕਾਫੀ ਸਾਰੇ ਵਾਕਰੀ ਜਿਹੜੇ ਆ ਗਏ ਆ ਰਹੇ ਨੇ। ਅਤੇ ਚਲੋ ਹੁਣ ਤੁਸੀਂ ਵੀ ਡਿਊਟੀ ਲਵਾਓ ਕਿ ਬਲਾਦਰ ਹੈਦਰੀ ਸਾਹਿਬ ਮੇਰੇ ਬਾਅਦ ਤਸ਼ਰੀਫ ਫਰਮਾ, ਵਕਾਰ ਸ਼ਰਾਜੀ ਸਾਹਿਬ, ਬਾਬਾ ਮੁਹੰਮਦ ਹੁਸੈਨ ਸ਼ਾਹ ਜੀ, ਹਾਜੀ ਨਾਸਰ ਨੋਤਕ ਸਾਹਿਬ, ਸ਼ੌਕਤ ਰਜ਼ਾ ਸ਼ੌਕਤ ਸਾਹਿਬ, ਜਾਫਰ ਜਤੋਈ ਸਾਹਿਬ, ਮੁਸ਼ਤਾਕ ਸ਼ਰਜੀ ਵਾਲੇ, ਕਰਾਮਤ ਹੈਦਰੀ ਸਾਹਿਬ, ਢੇਰ ਸਾਰੇ ਜ਼ਾਕਿਰ। ਇੱਕ ਲਫ਼ਜ਼ ਮੈਂ ਸ਼ੁਰੂ ਕੀਤਾ ਹੈ ਅਤੇ ਹੋ ਸਕਦਾ ਇੱਥੋਂ ਵੀ ਰੁੱਖ ਬਦਲਾਂ ਅਤੇ ਦੋ ਵਹਿਣ ਕਰ ਦੇਵਾਂ, ਕੋਈ ਮਜ਼ਾਕਰ ਹੀ ਨਹੀਂ ਮਨਵਾਣੀ ਜੀ। ਅੱਛਾ ਬਣ, ਬੜੇ ਬਣੋ ਸੇ ਬੜਾ ਹੈ ਹੁਸੈਨ ਕਾ ਸਵਰ, ਫਿਰ ਦੁਹਰਾ ਰਹੇ ਹਾਂ, ਬੜੇ ਬੜੋ ਸੇ ਬੜਾ ਹੈ ਹੁਸੈਨ ਕਾ ਸਵਰ, ਹੁਸੈਨੀਅਤ ਕੀ ਬਕਾ ਹੈ ਹੁਸੈਨ ਕਾ ਸਵਰ। ਮਿਹਰਬਾਨੀ ਭਾਈ, ਜਿਹੜੇ ਬੰਦੇ ਤਾਈ ਦੇ ਸ਼ਬਦ, ਬਹੁਤ ਮਿਹਰਬਾਨੀ, ਫਿਰ ਦੁਹਰਾ ਰਹੇ ਤਾਂ ਕਿ ਸਾਰੇ ਸ਼ਬਦ ਹੈਦਰੀ ਆ ਸਾਰੇ ਸ਼ਾਮਲ ਹੋ ਸਕੋ। ਤਕਲੀ ਸੱਤਰ ਅੱਖਾਂ, ਬੜੇ ਬੜੋਂ ਸੇ ਬੜਾ ਹੈ ਹੁਸੈਨ ਕਾ ਅਸਗਰ, ਹੁਸੈਨੀਅਤ ਕੀ ਬਕਾ ਹੈ ਹੁਸੈਨ ਕਾ ਅਸਗਰ, ਮੁਸਕਰਾਇਆ ਕਿਉਂ ਹੈ ਗਰੂਰ ਕਰਤੀ ਥੀ ਜਿਸ ਹੁਰਮਲਾ ਪੇ ਫੌਜੇ ਯਜ਼ੀਦ, ਉਸੀ ਲਾਂਤੀ ਪੇ ਹਸਾ ਹੈ ਹੁਸੈਨ ਕਾ ਅਸਗਰ, ਉਸੀ ਲਾਂਤੀ ਪੇ ਹਸਾ ਹੈ ਹੁਸੈਨ ਕਾ ਅਸਗਰ। ਕਰਬਲਾ ਦਾ ਮੈਦਾਨ 10 ਮੁਹਰਮ, ਰਜ਼ਾ ਭਾਈ, ਕਰਬਲਾ ਦਾ ਮੈਦਾਨ 10 ਮੁਹਰਮ, ਪੁੱਤਰ ਦਾ ਮੱਥਾ ਚੁੰਮ ਕੇ ਕਹਿੰਦੇ ਕੀ ਕਰਨਾ ਬਾਬਾ, ਜੰਗ ਕਰਨੀ। ਕਹਿੰਦੇ ਨਾਲ ਬਾਬਾ 9 ਲੱਖ ਨਾਲ, ਮੇਰਾ ਲਾਲ ਤੇਰਾ ਸੰਨ ਛੋਟਾ ਹੈ, ਜੰਗ ਕਿਵੇਂ ਕਰ ਸਕੇ, ਤਲਵਾਰ ਚਾਹ ਨਹੀਂ ਸਕਦਾ, ਤੀਰ ਚਾਹ ਨਹੀਂ ਸਕਦਾ, ਹਥਿਆਰ ਚਾਹ ਨਹੀਂ ਸਕਦਾ, ਕਿਤਨੀ ਕੀਮਤ ਦਿੰਦੇ ਬੰਦਾ ਝੂਲੇ ਕੋਲ ਮੰਗੇ ਅਤੇ ਫਿਰ ਜਾ ਕੇ ਮਜਲੇ ਸਿੱਜ ਬਹਿ ਜਾਵੇ ਅਤੇ ਬੋਲੇ ਹੀ ਨਾ, ਤੂੰ ਤੇਰੇ ਮੰਗਣ ਦਾ ਫਾਇਦਾ ਕਿਆ ਹੈ, ਮੇਰਾ ਲਾਲ ਤੂੰ ਤਲਵਾਰ ਚਾਹ ਨਹੀਂ ਸਕਦਾ। ਤੇ ਬਾਬਾ ਹਰ ਜੰਗ ਮੇਂ ਕਾਨੂੰਨ ਹੈ ਹਥਿਆਰ ਸੇ ਲੜਨਾ, ਖੰਜਰ ਸੇ ਕਭੀ ਤੀਰ ਸੇ ਤਲਵਾਰ ਸੇ ਲੜਨਾ, ਬਾਬੇ ਦੇ ਬਸ ਮੇਂ ਕਦੇ ਆਤਾ ਹੀ ਨਹੀਂ ਲੋਗੋ ਕੋ ਅਫਕਾਰ ਸੇ ਲੜਨਾ, ਸਿਖਲਾਉਂਗਾ ਮੈਂ ਲੋਗੋ ਕੋ ਕਿਰਦਾਰ ਸੇ ਲੜਨਾ। ਮੇਰਾ ਵਤਨ ਜੀ, ਮੇਰਾ ਵਤਨ, ਹੱਥ ਉੱਚੇ ਮਿਲ ਕੇ ਬੋਲੋ ਹੈਦਰੀ। ਮੇਰਾ ਲਾਲ ਜੰਗ ਤੇ ਕਰ ਨਹੀਂ ਸਕਦਾ, ਤੇਰਾ ਸੰਨ ਛੋਟਾ ਹੈ, ਬਾਬੇ ਦੇ ਪਾਸੇ ਵੇਖ ਕਹਦੇ ਬੇਦਿਲ ਕਾ ਜੋ ਦਿਲ ਹੈ ਉਸੀ ਦਿਲ ਕਾ ਮਕੀ ਹੂੰ। ਹਾਏ ਮਿਹਰਬਾਨੀ ਸਰ, ਬਹੁਤ ਬਹੁਤ ਸ਼ੁਕਰੀਆ। ਬੇਦਿਲ ਹੱਥ ਹੱਥ ਖੋਲ ਕੇ ਦਰਾ ਫਰੈਸ਼ ਹੋ ਕੇ, ਬਾਬੇ ਬੇਦਿਲ ਕਾ ਜੋ ਦਿਲ ਹੈ ਉਸੀ ਦਿਲ ਕਾ ਮਕੀ ਹੂੰ, ਛੋਟਾ ਹੂੰ ਮਗਰ ਜਿਸ ਮੇਂ ਸ਼ਰੀਅਤ ਕੀ ਜਬੀ ਹੂੰ, ਹੱਦ ਯੇ ਹੈ ਕਿ ਅੰਗੁਸ਼ਤੇ ਸ਼ਹਾਦਤ ਕਾ ਨਗੀ ਹੂੰ, ਅਕਬਰ ਸੇ ਨਾ ਲੂੰਦਾ ਤੋ ਅਸਗਰ ਹੀ ਨਹੀਂ ਹੂੰ। ਅਕਬਰ ਸੇ ਲੂੰਦਾ ਹੈਦਰੀ ਆਈ, ਅਕਬਰ ਸਿੰਘ ਨੂੰ ਦਾਤ ਤੋਂ ਅਸਗਰ ਹੀ ਨਹੀਂ ਹੂੰ, ਇੱਕ ਦੂਸਰੇ ਦਾ ਮੱਥਾ ਵੇਖੀ ਦਾਤ ਨਾ ਦੇਵੀਂ, ਕਮ ਅਜ ਕਮ ਮੱਥਾ ਵੇਖੀ ਪਤਾ ਲੱਗੇ ਕੌਣ ਬੰਦਾ ਜੁਹਲੇ ਕੋਲ ਮੰਗਦੇ ਕੌਣ ਆਲੇ ਮੁਹੰਮਦ ਨੂੰ ਸੋਚਦੇ। ਅਕਬਰ ਸਿੰਘ ਨੂੰ ਦਾਤ ਤੋਂ ਅਸਗਰ ਹੀ ਨਹੀਂ ਹੂੰ, ਆਦੇ ਬਾਬਾ ਯਾਦ ਰੱਖੇ
نسل سے ہر نسل کو امداد ملے گی، ماؤں کو میرے جھولے سے اولاد ملے گی۔ ہاتھ اونچے مل کے حیدری، شاباش شاباش شاباش، مہربانی جی مہربانی، بہت شکریہ۔ اس نسل سے ہر نسل کو مل کے بھائی مل کے آخری لالی تک حیدری، اس نسل سے ہر نسل کو امداد ملے گی، ماؤں کو میرے جھولے سے، کچھ ہی بولو، ماؤں کو میرے جھولے سے اولاد ملے گی۔ چلو ایک سطر عاطف برا اور پڑھا، گو جسم کا قد سورہ وناس سے کم تھا، حیدری صاحب گو جسم کا قد، وقار بھائی، سورہ وناس سے کم تھا، رتبے میں کہاں حضرت الیاس سے کم تھا۔ علی دیاں دیاں توڑے تراضی ہو جان، پاک سیدہ تو ان کے سیدہ محتاج نہ کرن۔ فضائل جو غلام عباس میں کدے بھی نہیں آکھیا بندہ بولے نہ بولے ہو دی مرضی، ایک شیر قصیدے دا پڑھ دا، صرف ایک شیر، زیادہ میں پڑھنے کوئی نہیں، میں بانی دی حیثیت اچھا کیونکہ حکم میرے ذمے تھوڑا جلا ہے اس دی تعمیل اچھا۔ راجہ صاحب قصیدہ پڑھیا میں 8 رجب اسلام آباد مغل آباد، اسلام آباد پنڈی مغل آباد اتھے، وقار شرا سر جی یہ فرد ثانی میں نیٹ تے بھی شاید موجود ہوئے، پتہ نہیں کتنی واری پڑھی ہے، فرد ثانی تک میں ہو سکتا پڑھا ہوں، اگے نام ہی جاواں کیونکہ میں پہلے آخیا میں بانی دی حیثیت اچھا ادا کر دی۔ فرد ثانی ویکھنی ہے جی، اپنے اج علاقے دا معیار ویکھن لگا، پورا علاقہ میرا کٹھا ہے تے میرا وطن نہ سمجھے تے میں باہر جا کے کی لوکاں نوں سمجھانا ہے، ترگڑے ہویا جے بھائی۔ ہاں جو روح وفا ہے وہ اصغر کی ماں، اللہ تم سلامت رکھے، جو روح وفا ہے وہ اصغر کی ماں ہے، جو روح وفا ہے وہ اصغر کی ماں ہے، جو روح وفا ہے وہ اصغر کی ماں ہے، جو روح وفا اصغر کی ماں ہے، جو روح وفا ہے وہ اصغر کی ماں ہے، فرد ثانی تک ہو سکتا شعر نہ پڑھا، وہ اصغر کی ماں ہے جسے نوک نیزہ سے شبیر کہہ دے تیرا شکریہ ہے، وہ اصغر کی ماں ہے تیرا شکریہ ہے، حضرت میں اصغر کی ماں میں بسم اللہ کا یہی معرفت ہے، دیکھو نا دیری نبی مومن روڈ اتنی گل ہے، اصغر کی ماں ہے پڑھتا تے فضائل پہ آنا، مومن روڈ لگ پہ یہی معیار تیرے سنن کا معیار ہی ہے، اصغر کی ماں ہے تیرا شکریہ ہے، وہ اصغر کی ماں اصغر کی ماں ہے تیرا شکریہ ہے، وہ اصغر کی ماں ہے تیرا شکریہ ہے، وہ اصغر کی ماں ہے تیرا شکریہ ہے، وہ اصغر کی ماں جسے شبیر کہہ دے تیرا شکریہ ہے، وہ اصغر کی ماں ہے، شکر حضرت اللہ پر حضرت اللہ پر حضرت اللہ پر حضرت اللہ پر علی دی گدھی راضی ہو جا، تیرا شکریہ ہے وہ اصغر کی ماں ہے، جسے نوک نیزہ سے شبیر کہہ دے تیرا شکریہ ہے، وہ اصغر کی ماں ہے تیرا شکریہ ہے، اونٹا بلند کر کے روزے نے بھی دلیں پتا اگلے سال جس ہونے وہ
کی ماں ہے تیرا شکریہ ہے وہ اصغر کی ماں ہے جس نے کلے تیرا شکریہ ہے اتنی دیر لگ دی جی صدقے جاواں لکھ واری اکھاں جو روح وفا ہے وہ اصغر کی ماں ہے جو روح وفا ہے وہ اصغر کی ماں ہے جسے دکھ دے ناز جبیر کہہ دے تیرا شکریہ ہے وہ اصغر کی ماں ہے تیرا شکریہ ہے سونے دادار دور دور تو لوگ کٹھے ان روہ بھی ہے جن لاش تے بہنا نہیں رونی گرمی دا موسم لیکن میرے وطن والے سانو کوئی مارن والا نہیں سانو کوئی روکن والا نہیں اسی بیٹھے ہاں مجلس شروع اسی رو سکتے ہیں کدے بہ کے سوچ روندے انہاں نوں پے آں جڑے کربلا تو شام تائیں آنسو نکل دے رہے آواز نہ نکلی کوئی ڈاکٹر بیٹھے مجلس وچ بندہ دا آواز نہ نکلے تے صرف آنسو نکلے سائنس آ دیئے بندہ مر سکدا ہے انہاں دی کیویں نہیں بھی جڑیاں کربلا تو ٹریاں شام تائیں آنسو نکل دے رہے آواز نہ نکلی کچھ بندے میں آتا بھراوے دا پیا مجلے سے شامل نہیں ہو سکے میں پہلے آکھے سرکار آل محمد دا قصیدہ قرآن میرے کول موجود ہے اس تو وڈی قسم نہیں ساڈی دنیا چ پوری کائنات چ قرآن دی قسم ہے مینوں حسرت ہی نہیں یہ تھوڑیاں دعاواں جتنا کرم ہے میرے تے پاک سیدا دا آمین ایک بند پڑھدا مہر یافت بند سر جی راجہ صاحب انج پتر جھولے چ ماں جھکی ہوئی ہے اترو پتر دے رخسارا تے علی اصغر دیا کھلی اماں روندی کیوں ہے بی بی آدھی ہے میرا لال میرا دل لئی تو جوان ہوئے میرا لال تینوں میدان ٹورا تو سوار ہو کے جاویں آکل بتول دے سامنے میں آکھا میں شہیدی ماں اے مجلس ہر اکھ وسطی جی آدھے پردے ہونی وین بلند کر میں ایک وین پڑھن لگا جی صدقے جاواں جی بابا میرا لال تو جوان ہویا میں کل اکھاں بتول میں وی شہید ماں میری مجبوری ہے میرا لال تیرا سن چھوٹا ہے تو تلوار چاہ نہیں سکدا ہتھیار چاہ نہیں سکدا کیڑا بندہ ہے جڑا دے میں جدی پشتی شیعہ میں ہائے نہیں کر سکیا جدے گارے چھوٹی علا دے شیعہ یا سنی واسطے تیرے پاک محمد سچا پتر دے سامنے ماں گل کی تیر یس کر پی گئی تڑپے ماں دے پاس وے گئے سیدہ دا تیر کباد میں چاہ نہیں سکدا تینا چاہ سکدا تلوارا روکے پیارے میرے پہلے قتل تے چھوڑ دے سن کل ہاشمی پاک ہم سا قبول ہوئی ماتم قبول ہوئی ماتم قبول ہوئی ماتم قبول ہوئی کراں جی صدقے جی حوصلہ جی لکھ پاری اکھاں سن دے ہو او میرے پہلے قتل تے چھوڑ دے سن کل ہاشمی پاک ستر سنے میرے اولاد علی بچے ہو ماں دے پتی سیدہ دا ماں دے پاس رکھے سیدہ دے میں نلے دے جدو تریجی وار شہید پھر بخشی بتری اللہ پرسا قبول کرے اللہ سر دا پرسا قبول حوصلہ بھائی گرمی ہے حوصلہ کرنا اجے تے میں پڑھنا ہے او جدوں تریجی وار شہید ہواں پھر بخشی بتری
ਬਤਰੀ ਰਾਰਾ ਨੀਆਂ ਦੇ ਪਰਦੇ ਹੋਣੇ ਬਈ ਕੀ ਬਾਤ ਹੈ। ਸੋਹਣਾ ਇਸਤਕਬਾਲ ਕੀਤਾ ਸੀ ਜੀ ਕਰਾਂ ਅੱਲਾਹੁਮਾ ਆਮੀਨ ਆਮੀਨ ਆਖੋ ਮੇਰਾ ਮਾਲਕ ਜਿਹੜੇ ਬੇ ਔਲਾਦ ਨੇ ਔਲਾਦ ਨਰੀਨਾ ਅਤਾ ਫਰਮਾ ਵਾਦੇ ਮੈਂ ਹਾਫਜ਼ਾਬਾਦ ਤੋਂ ਆਇਆ ਸਾਰੇ ਮੋਮਨਾਂ ਨੂੰ ਆਖ ਮੇਰੇ ਵਾਸਤੇ ਦੁਆ ਮੰਗਣ ਮਾਲਕ ਮੈਨੂੰ ਪੁੱਤਰ ਦੇਵੇ ਅਲੀ ਅਸਗਰ ਦਾ ਸਦਕਾ ਜੋਲੀਆਂ ਫੈਲਾ ਮੈਂ ਅਕੀਦੇ ਵਾਲਾ ਸੈਯਦਾਂ ਬੀਬੀ ਪਾਕ ਦੇ ਪਾਕ ਪੁੱਤਰ ਤੋਂ ਪਿੰਦੇ ਹਾਂ ਮੈਂ ਗਾਜ਼ੀ ਦੀ ਕਸਮ ਅੱਠ ਦਸ ਦਿਨ ਇੰਜਿਆਰਾਤ ਤੋਂ ਆਇਆ ਮੈਂ ਹਿੰਦੂ ਮੰਗਦੇ ਵੇਖਣ ਅਲੀ ਅਸਗਰ ਕੋਲੋਂ ਮੈਂ ਸਿੱਖ ਮੰਗਦੇ ਵੇਖਣ ਲਈ ਅਸਗਰ ਦੇ ਝੂਲੇ ਕੋਲੋਂ ਤੂੰ ਤਾਜ਼ਾਦਾਰ ਹੈ ਬੈਠਾ ਮਜਲਿਸ ਵਿੱਚ ਕੋਸ਼ਿਸ਼ ਕਰ ਬੰਦਾ ਅਮੀਨ ਆਖੇ ਹਰ ਮਾਤਮੀ ਨੂੰ ਮਾਲਕ ਮਾਤਮੀ ਪੁੱਤਰ ਅਤਾ ਫਰਮਾਵੇ ਇੱਕ ਬੰਦ ਮੈਂ ਹੋਰ ਪੜ੍ਹਦਾ ਫਿਰ ਦੋ ਗੱਲਾਂ ਕਰਦਾ ਜੀ ਸਦਕੇ ਜਾਵਾਂ ਬਾਬਾ ਸਦਕੇ ਜਾਵਾਂ ਚਿੱਟੀ ਦਾੜੀ ਬਜ਼ੁਰਗ ਆਦੇ ਪੈਨੇ ਇੱਕ ਵਾਰੀ ਫਿਰ ਆਖ ਤੀਰ ਕਮਾਨ ਮੈਂ ਚਾ ਨਹੀਂ ਸਕਦਾ ਉਹ ਨਾ ਚਾ ਸੰਗਦਾ ਤਲਵਾਰਾਂ ਮੇਰੇ ਪਹਿਲੇ ਕਤਲ ਤੇ ਛੋੜ ਦੇ ਜ਼ਿੰਨ ਕੋ ਲਾਸ਼ ਵੀ ਬਾਗ ਉਹ ਦਹੀਆਂ ਦੇ ਪ੍ਰਭੂ ਨੂੰ ਉਹ ਮੈਨੂੰ ਨੇੜੇ ਅਲਾਲ ਬਰਾਮਦ ਕਰਨੇ ਵਿੱਚ ਬਣਦੇ ਆ ਬਦਕਾਰਾਂ ਲੋਕ ਪਿਆਰੇ ਜਦੋਂ ਤੀਜੀ ਵਾਰ ਸ਼ਹੀਦ ਹੋਆ ਫਿਰ ਬਖਸ਼ੀ ਬਕਰੀ ਬਖਤ ਬੁਲੰਦ ਹੋ ਨਹੀਂ ਸੈਯਦਾ ਦੇ ਸਦਕਾ ਬਖਤ ਬੁਲੰਦ ਹੋ ਨਹੀਂ ਮੈਂ ਆਤਮ ਵਿਰਾ ਇਹ ਮਜ਼ਮੂਨ ਪੜ੍ਹਦਾ ਉਹਨਾਂ ਜ਼ਿਆਦਾ ਮੁਹਰਮ ਵਿੱਚ ਜਾਂ ਜਿੱਥੇ ਕੋਈ ਮਹਾਤਮੇ ਮੈਨੂੰ ਮਜਬੂਰ ਕਰੇ ਫਿਰ ਪੜ੍ਹਦਾ ਅੱਜ ਮੈਂ ਨਾਜ਼ਾਕਿਰ ਬਣ ਕੇ ਆਇਆ ਮੈਂ ਇੰਤਜ਼ਾਮੀਆ 'ਚ ਸ਼ਾਮਿਲ ਹਾਂ ਬਾਨੀ ਹੈ ਮਜਲਿਸ ਦੀ ਸ਼ਖਸੀਅਤ 'ਚ ਹਾਂ ਤੁਹਾਡੇ ਸਾਰਿਆਂ ਦਾ ਮਹਿਮਾਨ ਵੀ ਨਹੀਂ ਅਤੇ ਮੇਜ਼ਬਾਨ ਤੁਸੀਂ ਸਾਰੇ ਮਹਿਮਾਨ ਹੋ ਪਾਕ ਬਤੂਲ ਦੇ ਪਾਕ ਪੁੱਤਰ ਦੀ ਥੋੜ੍ਹੀ 'ਤੇ ਆਏ ਹੋ ਦੋ ਰੱਬੀ ਅਲਵਲ ਮੈਂ ਤੁਹਾਡੇ ਸਾਰਿਆਂ ਦੀ ਜੁੱਤੀ ਦੀ ਦੌੜ ਦੇ ਬਰਾਬਰ ਹਾਂ ਮਰਕਜ਼ੀ ਇਮਾਮ ਬਾਰਗਾ ਬੂਰੇ ਵਾਲਾ 'ਚ ਮੈਂ ਤੁਹਾਡਾ ਇੰਤਜ਼ਾਰ ਕਰਸਾਂ ਕੋਸ਼ਿਸ਼ ਕਰਿਆ ਦੇ ਮੁਹੰਮਦ ਦੀ ਧੀ ਤੁਹਾਡਾ ਇੰਤਜ਼ਾਰ ਨਾ ਕਰੇ ਥੋੜ੍ਹੀ ਵਿਛਾਣੀ ਹੈ ਸੁਬਾਹ 8 ਵਜੇ ਮੈਂ ਮਜਲਿਸ ਪਾਕ ਸ਼ੁਰੂ ਕਰਦੇ ਸਾਂ ਫਿਰ ਜੇ ਤਾਈ ਮੇਰੇ ਬਾਦਸ਼ਾਹ ਦੀ ਮਰਜ਼ੀ ਹੋਈ ਲੱਥਾ ਬੈਠੇ ਸ਼ਬੀਰ ਤੇ ਆਦਾ ਪਿਆ ਲੋਗੋ ਮੈਂ ਗਰੀਬ ਹਾਂ ਹੁਣ ਮੈਂ ਨਹੀਂ ਆਖਣਾ ਤੂੰ ਰੋ ਨਾ ਰੋ ਤੇਰੀ ਮਰਜ਼ੀ ਲੇਕਿਨ ਮੈਂ ਕੋਸ਼ਿਸ਼ ਕਰ ਸਾਂ ਅੱਜ ਮੈਂ ਉਂਝ ਦੱਸ ਕੇ ਜਾਵਾਂ ਜਿਵੇਂ ਮੁਸਲਮਾਨਾ ਹੁਸੈਨ ਦੇ ਪੁੱਤਰ ਮੁਬਾਰਕ ਲੱਥਾ ਬੈਠੇ ਤੇ ਆਦਾ ਬੈਠੇ ਮੈਂ ਗਰੀਬ ਹਾਂ ਮੈਂ ਪੜ੍ਹੇ ਤੁਸੀਂ ਸੁਣਿਆ ਕਿਸੇ ਹਾਏ ਕੀਤੀ ਕੋ ਸੋਚ 'ਚ ਬਹਿ ਗਿਆ ਚਿੱਟੀ ਦਾੜੀ ਵਾਲੇ ਬਜ਼ੁਰਗੋ ਜਿਵੇਂ ਸ਼ਬੀਰ ਦੀ ਹੱਕਲ ਅਲੀ ਅਸਗਰ ਸੁਣੀ ਹੈ ਨਾ ਗਾਜ਼ੀ ਦੀ ਕਸਮ ਇਹ ਕਿਸੇ ਨੇ ਸੁਣੀ ਪੀਂਘੇ 'ਚ ਲੱਠੇ ਤੇ ਮੈਂ ਪੁੱਛਿਆ ਖੈਰ ਸੁਣ ਤਾਂ ਸਹੀ ਮੇਰਾ ਪਿਓ ਗਰੀਬ ਪੁਰਸਾ ਕਬੂਲ ਹੋ ਗਈ ਅਦੇ ਸੁਣਿਆ ਨਹੀਂ ਮੇਰਾ ਬਾਬਾ ਗਰੀਬ ਪੈ ਸੜਿੰਦੇ ਮੁੱਝ ਦਾ ਵੇਖ ਖਲੀ ਦੀਦੀ ਦਾ ਅੱਜ ਸੁਣ ਵੇਖ ਮੇਰਾ ਬਾਬਾ ਪੁੱਤਰ ਦੇ ਹੁੰਦੇ ਆ ਪਿਓ ਗਰੀਬ ਨਾ ਸੜਾਵੇ ਮੇਰੇ ਬਾਬੇ ਨੂੰ ਆਖੋ ਹੁਣ ਨਾ ਗਰੀਬ ਸੜਾਵੇ ਅਜੇ ਮੈਂ ਜੀਂਦਾ ਹਰ ਘਰ 'ਚ ਔਲਾਦ ਹੈ ਜਿਹੜੇ ਬੇ ਔਲਾਦ ਹੋ ਝੋਲੀ ਫਲਾਵੇ ਉਹ ਮੇਰੀਆਂ ਮਾਵਾਂ ਭੈਣਾਂ 70 ਤੁਹਾਡੇ ਹਿੱਸੇ ਦੀ ਮਤਾ ਅਸਗਰ ਦੀ ਅੰਮਾ ਇੰਤਜ਼ਾਰ ਕਰਦੀ ਰਹੇ ਤੇ ਤੂੰ ਵਹਿਣ ਹੀ ਨਾ ਕਰ ਸਕੇ ਇੱਜ਼ਤ ਹੁਸੈਨ ਦੀ ਔਰ ਗਰਮੀ ਦਾ ਮੌਸਮ ਹੈ ਮੈਂ ਸੈਯਦਾ ਮੈਂ ਤੁਹਾਡੇ ਅੱਗੇ ਹੱਥ ਬੰਨ ਕੇ ਪਿਆਦਾ ਜਿਤਨੀ ਦੇਰ ਮੈਂ ਅਲੀ ਅਸਗਰ ਦਾ ਦੁੱਖ ਪੜਾਂ ਕੋਈ ਮਾਂ ਦੀ ਝੋਲੀ 'ਚ ਅਗਰ ਪੁੱਤਰ ਏ ਤੇ ਉਹ ਝੋਲੀ 'ਚ ਨਾ ਰੱਖੇ ਥੱਲੇ ਜ਼ਮੀਨ 'ਤੇ ਉਹਨੂੰ ਰੱਖ ਛੋੜੇ ਉਹ ਰੋਂਦਾ ਰਹੇ ਬੇਸ਼ੱਕ ਉਹਨੂੰ ਰੋਵਣ ਦੇਵੀ ਉਹ ਪਾਣੀ ਮੰਗੇ ਉਹਨੂੰ ਪਾਣੀ ਨਾ ਦੇਵੀ ਜਦ ਤੱਕ ਮੈਂ ਅਲੀ ਅਸਗਰ ਦਾ ਦੁੱਖ ਪੜਾ ਮਤਾ ਤੂੰ ਪਾਣੀ ਪਿਲਾਵੇਂ ਅਸਗਰ ਦੀ ਮਾਂ ਰੋ ਪਵੇ ਤੇ ਰੋ ਕੇ ਆਖੇ ਮੈਨ ਦੇ ਮੇਰਾ ਪੁੱਤਰ ਪਾਣੀ ਮੰਗਦਾ ਟੁਰ ਗਿਆ ਉਹ ਮੈਂ ਸਦਕੇ ਜਾਵਾਂ ਸ਼ਬੀਰ ਗੱਲ ਕੀਤੀ ਅਸਗਰ ਬੁਲਾਇਆ ਮੇਰੇ ਬਾਬੇ ਨੂੰ ਛੱਡੋ ਮੇਰੀ ਸੈਣ ਅਕਲ ਮਾਰੀ ਅੰਮਾ ਫਿਜ਼ਾ ਜੀ ਬੀਬੀ ਹੁਸੈਨ ਨੂੰ ਬੁਲਾਓ ਦਰਵਾਜ਼ੇ 'ਤੇ ਆਈ ਰੋਕ ਕੇ ਪਿਆ ਦੀਏ ਹੁਸੈਨ ਇਸ ਜੁਮਲੇ ਦੀ ਹਰ ਬੰਦੇ ਨੂੰ ਸਮਝ ਨਹੀਂ ਆਉਣੀ ਜਿਹਨੂੰ ਸਮਝ ਆਈ ਉਹ ਹਾਏ ਕਰ ਸੀ ਹੁਸੈਨ ਏਡਾ ਜ਼ਖਮੀ ਆਈ ਮੰਜ਼ਰ ਸ਼ਾਹ ਜੀ ਕਬਜ਼ੇ ਤਲਵਾਰ ਤੋਂ ਮੱਥਾ ਚਾਕ ਕੇ ਪਿਆਦਾ ਜੀ ਉਹ ਮੇਰੀ ਮਾਂ ਤੁਹਾਡੀ ਹਾਏ ਤੋਂ ਸਦਕੇ ਜਾਵਾਂ ਭੈਣਾਂ ਦੇ ਪਰਦੇ ਕਰਬਾਰ ਕਰਾਂ
ਏਡਾ ਜ਼ਖਮੀ ਆਈ ਤੇ ਰੋ ਕੇ ਫਿਰ ਵੀ ਪਿਆ ਜੀ ਮੇਰੀ ਮਾਂ ਬੀਬੀ ਆਦੀ ਏਡੇ ਔਖੇ ਮਰਹਲੇ ਚ ਏਡੇ ਔਖੇ ਟਾਈਮ ਚ ਏਡਾ ਜ਼ਖਮੀ ਹੋ ਕੇ ਤੈਨੂੰ ਯਾਦ ਹੈ ਮੈਂ ਤੇਰੀ ਮਾਂ ਬੀਬੀ ਆਦੀ ਤੇਰੀ ਲਜਪਾਲੀ ਤੇਰੀ ਤੇਰੀ ਮਿਹਰਬਾਨੀ ਲੇਕਿਨ ਸ਼ਬੀਰ ਜੇ ਮੈਨੂੰ ਮਾਂ ਸੱਡਿਆ ਨਾ ਅੱਜ ਮੇਰੇ ਕੋਲ ਤੁਰ ਕੇ ਉਨ ਜਾ ਜਿਵੇਂ ਮਦੀਨੇ ਬਤੂਲ ਬੁਲੈਂਦੀ ਆਈ ਹਾਏ ਤੂੰ ਵਹਿੰਦਾ ਉਵੇਂ ਹਰ ਅਖ ਤੇ ਮੇਰੀ ਦੀਦ ਏ ਬਾਰਵਾਂ ਬਾਦਸ਼ਾਹ ਉਸ ਬੰਦੇ ਨੂੰ ਤੌਫੀਕ ਨਹੀਂ ਜਿਹੜਾ ਮਜਲਿਸ ਵਿੱਚ ਬਹਿ ਕੇ ਅਲੀ ਇਸ ਗੱਲ ਦੇ ਦੁੱਖਾਂ ਤੇ ਹਾਏ ਨਹੀਂ ਕਰ ਸਕਿਆ ਹੁਣ ਤੌਫੀਕ ਨਹੀਂ ਉਹ ਹਾਏ ਜ਼ਰੂਰ ਕਰ ਸਕੇ ਸ਼ਬੀਰ ਦਰਵਾਜ਼ੇ ਤੇ ਐਂ ਰੋ ਕੇ ਪੈਦਲ ਕਿਉਂ ਛੱਡੇ ਬੀਬੀ ਇਹਦੀ ਹੋਰ ਬੰਦਾ ਹੌਕਾ ਤੂੰ ਦਿੱਤਾ ਨਾ ਹਾਂ ਮਾਂ ਬੀਬੀ ਇਹਦੀ ਅਸਕਰ ਆਰਾਮ ਨਹੀਂ ਕਰਦਾ ਜੇ ਤੇ ਗਾਰੇ ਚੁਲਾ ਦੇ ਸਰ ਚਵੇ ਇੰਝ ਕਰਕੇ ਸ਼ਬੀਰ ਪੁੱਤਰ ਨੂੰ ਚਾਹਿਆ ਇਸ ਪੁੱਤਰ ਨੂੰ ਗਲਤ ਬਿਆਨੀ ਕਰਾਂ ਮੈਂ ਬਾਰਵੇਂ ਬਾਦਸ਼ਾਹ ਦਾ ਮੁਜਰੇ ਮਾਂ ਇੱਕ ਕਦਮ ਚਾਹੇ ਜਾਂ ਪਿੱਛੇ ਮੁੜ ਕੇ ਡਿੱਠੇ ਤੇ ਅਸਗਰ ਦੀ ਮਾਂ ਪਿੱਛੇ ਪਿੱਟਦੀ ਹੈ ਸੈਯਦ ਅਦਰ ਰੁਬਾਬ ਪੁੱਤਰ ਬੜੇ ਪਿਆਰੇ ਨੀ ਖਸੂਸਨ ਮਾਵਾਂ ਨੂੰ ਬੜੇ ਪਿਆਰੇ ਹੁੰਦੇ ਜੋਲੀਆਂ ਵਾਲੇ ਪੁੱਤਰ ਪਿਆਰਾ ਹੀ ਤੇ ਲੈ ਜਾ ਦੀ ਇੱਕ ਅਸਗਰ ਲੱਖ ਅਸਗਰ ਹੋਵਣ ਤੇਰੇ ਇੱਕ ਸਾਹ ਤੋਂ ਕੁਰਬਾਨ ਕਰਾਂ ਬੰਦਾ ਹਾਏ ਇਤਨੀ ਕਰੇ ਨਾਲ ਅਲ ਮੋਮਨ ਤੇਰਾ ਗਵਾਹ ਬਣ ਦੇ ਸ਼ਬੀਰ ਅਦਰ ਰੋਕਿਆ ਕਿਉਂ ਹੈ ਬੀਬੀ ਅਦੀ ਤੇਰੇ ਦੁਸ਼ਮਣ ਸ਼ਰੀਫ ਨਹੀਂ ਬੀਬੀ ਅਦੀ ਮੈਂ ਤੇਰੀ ਫੌਜ ਦਾ ਸਿਪਾਹੀ ਬਣਾਵਾ ਮੇਰੇ ਵਤਨ ਦਾ ਗਯੂਰ ਨਜ਼ਾਰਾ ਲੱਗਣ ਕਿੱਥੋਂ ਲਈ ਵਧੀ ਆਈ ਛੋਟੀ ਜੀ ਕਪੜੇ ਦੀ ਵਰਦੀ ਛੋਟੀ ਜੀ ਢਾਲ ਸੈਯਦਾਂ ਛੋਟੀ ਜੀ ਤਲਵਾਰ ਖੁਸ਼ਵਾਲ ਹੱਥਾਂ ਨਾਲ ਕੰਗੀਆਂ ਦੇਖ ਕੇ ਅਦੀ ਅਸਗਰ ਅੱਜ ਮੇਰਾ ਪੇਕਾ ਵਤਨ ਹੋਵੇਗਾ ਅੱਲਾਮਾਨ 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 ਅਲੀ ਦੀਆਂ ਧੀਆਂ ਰਾਜ਼ੀ ਹੋਣ ਜੀ ਅਸਗਰ ਅੱਜ ਮੇਰਾ ਪੇਕਾ ਵਤਨ ਹੋਵੇ ਆ ਬੀਬੀ ਆਦੀ ਮੰਗ ਕੇ ਹੀ ਪਿਲਾਵਣਾ ਪਵੇ ਆ ਤੈਨੂੰ ਪਾਣੀ ਪਿਲਾਵਾਂ ਮੈਂ ਮਜਬੂਰ ਹਾਂ ਮੇਰਾ ਪੇਕਾ ਵਤਨ ਦੂਰ ਏ ਇੰਝ ਮੋਢੇ ਤੇ ਹੱਥ ਰੱਖਿਆ ਦਾਦਾਰੋ ਮੋਢੇ ਤੇ ਹੱਥ ਰੱਖ ਕੇ ਨਾ ਸ਼ਬੀਰ ਪੇ ਫਰਮੈਨ ਪੁੱਤਰ ਦੇ ਸਾਹਮਣੇ ਸ਼ਿਕਾਇਤ ਕਰ ਰਹੇ ਹੋ ਸੈਯਦ ਆਦਾ ਮੈਨੂੰ ਗਰੀਬ ਨਾ ਸਮਝ ਆਪਣਾ ਘੋੜਾ ਦੇਣਾ ਬਾਕਰ ਪੋਤਰਾ ਨਾਲ ਦੇਣਾ ਫੌਜਾ ਚੁਰਾ ਬਣਾ ਦੇਣਾ ਆਪਣਾ ਪੁੱਤਰ ਚਾਹ ਕੇ ਪੇਕੇ ਵਤਨ ਲੱਗੀ ਵਨ ਸ਼ਾਮ ਜਾੜੇ ਮੈਂ ਗਰੀਬ ਇਹ ਮਤਲਬ ਸੀ ਹਰ ਬੰਦੇ ਦੀ ਅੱਖ ਬਸ ਪਈ ਦੋ ਚਾਰ ਫਿਰ ਰਹਿ ਗਏ ਮੈਂ ਦਿਲ ਸ਼ਾਮਲ ਕਰਾਂ ਸਦਕੇ ਸਦਕੇ ਵਹਿਣ ਬੁਲੰਦ ਵਹਿਣ ਸੀ ਸਹੀ ਹੈ ਦਾਦਾ ਅਲੀ ਅਸਗਰ ਬਾਦਸ਼ਾਹ ਨੂੰ ਸ਼ਬੀਰ ਚਾਇਆ 17 ਕਦਮ ਤਾਰੀਖ ਲਿਖਦੀ ਚਾਹੇ ਨਹੀਂ ਫਿਰ ਕਦਮਾਂ ਦੀ ਹਟਾਈ ਮੁੜ ਕੇ ਡਿੱਠਾ ਤੇ ਫਿਰ ਅਸਗਰ ਦੀ ਮਾਂ ਅਸਗਰ ਦੀ ਮਾਂ ਮੈਂ ਪਹਿਲੇ ਆਖਿਆ ਪੁੱਤਰ ਪਿਆਰੇ ਹੁੰਦੇ ਨੇ ਪਿਆਰਾ ਹੀ ਤੇ ਲੈ ਲੈ ਆਦੀ ਨਹੀਂ ਹੁਣ ਜੁਮਲਾ ਮਾਵਾਂ ਸਮਝ ਸਨ ਅਗਰ ਉੱਥੇ ਕੈਮਰਾ ਲੱਗਾ ਹੋਇਆ ਜਾਂ ਸਕਰੀਨ ਲੱਗੀ ਹੋਈ ਤੇ ਉਹਨਾਂ ਵੇਖਿਆ ਤੇ ਜ਼ਿਆਦਾ ਸਮਝ ਆ ਸੀ ਕਿਉਂ ਰੋਕੇ ਜਾਂਦੀ ਹੈ ਮੌਲਾ ਅਸਗਰ ਨੂੰ ਇੰਝ ਨਹੀਂ ਚਾਹਣਾ ਕੀ ਮੈਂ ਚਾਹਾਂ ਇੰਝ ਚਾਹ ਕਿਉਂ ਰੁਬਾਬ ਆਦੀ ਇੱਕ ਵਾਰੀ ਆਖਰੀ ਵਾਰ ਮੂੰਹ ਤੇ ਵੇਖਾਂ ਮੇਰਾ ਪੁੱਤਰ ਸੋਹਣਾ ਖੇਡਾ ਲੱਗਦਾ ਮੇਰੇ ਪੁੱਤਰ ਜੰਗੀ ਵਰਦੀ ਪਾ ਰਹੀ ਹੈ ਸ਼ਾਬਾਸ਼ ਸ਼ਾਬਾਸ਼ ਇਹ ਮਤਲਬ ਸੇ ਹਰ ਅੱਖ ਪਰਮਾਨ ਮੈਂ ਮੁਤਮਿਨ ਹੋ ਗਏ ਮਾਮੇ ਦਾ ਮਾਨਾ ਤੁਮ ਜੀ ਬਾਬਾ ਲੱਖ ਵਾਰੀ ਆਖਾਂ ਬੀਬੀ ਆਦੀ ਆਖਰੀ ਵੇਲੇ ਪੁੱਤਰ ਦਾ ਮੂੰਹ ਵੇਖਾਂ ਮੇਰੇ ਵਤਨ ਦੇ ਗਯੂਰ ਅਦਾਰੋ ਸ਼ਬੀਰ ਦੇ ਮੋਢਿਆਂ ਤੇ ਲਈ ਇਸ ਘਰ ਦਾ ਸਾਰੇ ਮੈਂ ਇਹ ਕੁਰਾਨ ਪੇਸ ਲਾਈਵ ਚੱਲ ਰਹੀ ਪੂਰੀ ਦੁਨੀਆ ਵੇਖ ਰਹੀ ਮੈਨੂੰ ਸ਼ਹੀਦਾਂ ਦੇ ਇਸ ਕਸੀਦੇ ਦੀ ਕਸਮ ਹੈ ਮੈਂ ਗਲਤ ਬਿਆਨ ਨਹੀਂ ਕਰਾਂ ਮੈਂ ਬਾਰਵੇਂ ਬਾਦਸ਼ਾਹ ਦਾ ਮੁਜਰੇ ਮਾਂ ਮੈਂ ਡਰ ਰਿਹਾ ਮੈਂ ਅਗਲੇ ਜੁਮਲੇ ਕਿੰਝ ਪੜ੍ਹਨੇ ਅਲੀ ਅਸਗਰ ਦਾ ਦੁੱਖ ਕੋਈ ਛੋਟਾ ਦੁੱਖ ਨਹੀਂ ਫਾਤਿਹ ਕਰਬਲਾ ਏ ਅਲੀ ਅਸਗਰ ਫਾਤਿਹ ਸ਼ਾਮ ਹੁਸੈਨ ਦੀ ਧੀ ਸਕੀਨਾ ਹਰ ਬੰਦੇ ਤੇ ਚਿਹਰੇ ਤੇ ਮੇਰੀ ਦੀਦ ਏ ਅਮੀਰ ਬੰਦੇ ਨਾਲ ਵਾਸਤਾ ਹੀ ਨਹੀਂ ਜਿਹੜਾ ਮਜਲਿਸ ਵਿੱਚ ਬਹਿ ਕੇ ਵੀ ਸੋਚੇ ਮੈਂ ਰੋਵਾਂ ਨਾ ਰੋਵਾਂ ਉਸ ਬੰਦੇ ਨਾਲ ਮੇਰਾ ਵਾਸਤਾ ਨਹੀਂ ਸਹੀਦਾਂ ਦਾ ਹੁਕਮ ਹੈ ਮਿਹਰਬਾਨੀ ਦੀ ਅਸੀਅਤ ਨਾਲ ਗੁਲਾਮ ਬਸ ਮੈਂ 70 ਪਿਆ ਦਾਂ ਸ਼ਬੀਰ ਪੁੱਤਰ ਨੂੰ ਚਾਹਿਆ ਮੈਦਾਨ ਚ ਬਗੈਰ ਤਦਨ ਥੱਕ ਪਈਏ ਉਹ ਮੇਰਾ ਸੁਣੀ ਫਿਰਾ ਵਾਸਤਾ ਹੀ ਸਹਾਬਾ ਦਾ 70 ਸੁਣੀ ਕਮੀਨੀ ਅਦਨ ਥੱਕ ਪਈਏ ਕੁਰਾਨ ਲਈ ਆਉਂਦਾ ਮੰਨਣੀ ਨਹੀਂ ਰੋ ਕੇ ਪਿਆ ਦਿਨ ਕਮੀਨੀ ਹੋ ਜੇ ਕੁਰਾਨ ਨਹੀਂ ਤੇ ਕੁਰਾਨ ਤੋਂ ਘੱਟ ਹੀ ਨਹੀਂ ਨੱਤ ਕੇ ਕੁਰਾਨ ਦਾ ਆਖਰੀ ਪਾਰ ਹੈ ਜਦੀ ਕੁਸ਼ਤੀ ਜਿਤਨੇ ਸ਼ੀਆ ਵਿੱਚ ਉਹਨਾਂ ਦੇ ਵਾਜੇ ਦੇ ਸਦਰ ਤੇ ਹਾਏ ਕਰੇ ਹੈ ਗਾਜ਼ੀ ਦੇ ਕੱਟੇ ਬਾਜ਼ੂਆਂ ਦੀ ਕਸਮ ਹੈ ਸੈਯਦਾ ਦੇ ਲੋਗੋ ਮੇਰਾ ਅਸਗਰ ਦੱਸਾ ਇਹਨੂੰ ਪਾਣੀ ਦਿਓ ਕਮੀਨੀ ਅਦਨ ਬਾਲ ਦਾ ਬਹਾਨਾ ਕਰਕੇ ਸੈਯਦਾ ਦਾ ਅਦਨ ਬਾਲ ਦਾ ਬਹਾਨਾ ਕਰਕੇ ਆ ਪਾਣੀ ਪੀਣਾ ਚਾਹੇ ਮੰਗੇ ਕਿਸਾ ਕਿਹੜਾ ਬੰਦਾ ਜਿਹੜਾ ਆ ਗਿਆ ਮੈਂ ਚੁੱਕਰ ਹੁਸੈਨ ਦਾ ਖਾ ਕੇ ਮਜਲਿਸ ਵਿੱਚ ਹਾਏ ਨਹੀਂ ਕਰ ਸਕਿਆ ਰੋ ਕੇ ਫਿਰ ਮੇਰਾ ਲਾਲ ਪੁੱਤਰ ਦੀ ਪਿਓ ਦੀ ਮਜਬੂਰੀ ਮੰਗ ਪਾਣੀ ਅੱਜ ਬਾਬਾ ਜੇ ਗਾਲੀ ਮੁਹੰਮਦ ਅਲੀ ਇੱਕ ਗੱਲ ਦਾ ਜਵਾਬ ਦੇ ਅੱਜ ਪਾਣੀ ਉਹਨਾਂ ਕੋਲੋਂ ਮੰਗਣਾ ਜਿਹਨਾਂ ਨੇ ਅਕਬਰ ਨੂੰ ਬਰਸੀ ਮਾਰੀ ਹੈ ਪਾਣੀ ਜਿਵੇਂ ਤੇਰੀ ਮਾਂ ਹੱਕ ਮੰਗਿਆ ਇੱਕ ਲਫ਼ਜ਼ ਯਾਦ ਆ ਗਿਆ ਅੱਲਾ ਦਰਜਾਤ ਬੁਲੰਦ ਫਰਮਾਵੇ ਮਲਕ ਮੁਖਤਾਰ ਹੁਸੈਨ ਖੋਖਰ ਸਾਹਿਬ ਦੇ
ਮੈਨੂੰ ਯਾਦ ਹੈ ਉਹਨਾਂ ਇੱਕ ਸਤਰ ਪੜ੍ਹੀ ਸੈਯਦ ਮਾਮਾ ਹੁਸੈਨ ਸ਼ਾਹ ਜੀ, ਇਹ ਮੇਰੇ ਖਿਆਲ ਚਕਵਾਲ ਦਾ ਹੀ ਕੋਈ ਏਰੀਆ, ਉੱਥੇ ਉਹਨਾਂ ਨੇ ਸਤਰ ਪੜ੍ਹੀ ਅਤੇ ਮਜਲਿਸ ਮੁੱਕ ਗਈ। ਉਹ ਅਧਿਐਨ ਸ਼ਿੱਦਤ ਅਤੇ ਪਿਆਸ ਸੇ ਅਸਗਰ ਨੇ ਪਲਟ ਕਰ ਦੇਖਾ, ਮਾਂ ਨੇ ਖੇਮੋ ਕੀ ਤਨਾਬੋਂ ਸੇ ਲਿਪਟ ਕਰ ਦੇਖਾ। ਉਹ ਅਧਿਐਨ ਕਿਤਨੀ ਮਜਬੂਰ ਥੀ ਸਾਕੀ ਹੈ ਕੌਸਰ ਕੀ ਬਹੂ, ਖੁਸ਼ਕ ਮਸ਼ਕੀਜ਼ੇ ਕੋ ਕਈ ਵਾਰ ਪਲਟ ਕਰ ਦੇਖਾ। ਉਲਟ ਕਰ ਦੇਖਾ ਮਤਾ ਇੱਕ ਪੁੱਤਰ ਦੇ ਬਖਤੋਂ ਨੀ, ਮਤਾ ਇੱਕ ਗੁੱਟ ਜੀ ਕਰਾਂ। ਲੱਖ ਵਾਰੀ ਸ਼ਿੱਦਤ ਤੇ ਪਿਆਸ ਅਸਗਰ ਨੇ ਪਲਟ ਕਰ ਦੇਖਾ, ਮਾਂ ਨੇ ਖੇਮੋ ਕੀ ਤਨਾਬੋ ਸੇ ਲਿਪਟ ਕਰ ਦੇਖਾ। ਕਿਤਨੀ ਮਜਬੂਰ ਥੀ ਸਾਕੀ ਹੈ ਕੌਸਰ ਕੀ ਬਹੂ, ਖੁਸ਼ਕ ਮਸਕੀਜ਼ੇ ਕੋ ਕਈ ਵਾਰ, ਇੱਕ ਘੁੱਟ ਪਾਣੀ ਦਾ ਮਿਲ ਜਾਏ ਮੇਰਾ ਅਸਗਰ ਬਚ ਬੰਜੇ। ਕੁਝ ਬੰਦੇ ਜੇ ਵਿਆਹ ਨਹੀਂ ਕਰ ਸਕੇ ਜੀ ਕਰਾਂ, ਸਦਕੇ ਜਾਵਾਂ। ਗਰਮੀ ਦਾ ਮੌਸਮ ਹੈ ਨਾ, ਬਜ਼ੁਰਗ ਵੀ ਜਾਣਦੇ ਹੋ, ਗਰਮੀ ਦਾ ਮੌਸਮ ਹੈ ਕਿਤਨਾ ਪਾਣੀ ਪੀ ਸੀ। 6 ਮਹੀਨੇ ਦਾ ਬੱਚਾ ਮਾਵਾਂ ਜਾਣਦੀਆਂ ਨੇ, ਪਿਆਸ ਲੱਗੇ ਤੇ ਮੂੰਹ ਖੁੱਲਦਾ ਹੈ। ਇਹ ਦੋ ਉਂਗਲੀਆਂ ਤਰ ਕਰੋ ਹੋਂਠ ਨਾਲ ਲਾਓ, ਉਹਦੀ ਪਿਆਸ ਬਚ ਰਹਿੰਦੀ ਹੈ। ਯਾਰ ਕਿਆਮਤ ਦਾ ਵੇਲਾ ਨਹੀਂ ਜਦੋਂ ਅਲੀ ਅਸਗਰ ਆਖਿਆ ਲੋਗੋ ਮੈਂ ਤਸਾਂ ਮੈਨੂੰ ਪਾਣੀ ਦਿਓ, ਬਚੜੇ ਮਰਨ ਉਮਰ ਸਾਥ ਦੇ। ਹੁਰਮਲ ਦੇ ਕੋਲ ਆ ਕਹਿੰਦੇ ਕਲਾਮ ਕਤਾ ਕਰ, ਸਾਈਂ ਕੱਢ ਲਈਏ ਤੇ ਵੇਟ ਕਰੀਏ। ਅਗਰ ਇਹ 2 ਮਿੰਟ ਹੋਰ ਬੋਲਿਆ ਅਸੀਂ ਜਿੱਤੀ ਹੋ ਜੰਗ ਹਰ ਜਾਸਾਂ। ਅਲੀ ਅਸਗਰ ਦਾ ਪਾਣੀ ਮੰਗਣਾ, ਹੈਵਾਨਾਂ ਦੀਆਂ ਗੋਡੀਆਂ ਜ਼ਮੀਨ 'ਚ, ਹੈਵਾਨ ਪੇ ਰੋਂਦੇ 9 ਲੱਖ ਪਿਆ ਰੋਂਦੇ, ਅਦੇ ਵੇਖ ਤਾਂ ਸਹੀ ਲੱਗਦੇ ਅਰਸ਼ ਪਿਆ ਡਾਂਦਾ ਈ, ਜ਼ਮੀਨ ਹਲਦੀ ਪਈ ਏ, ਰੇਤ ਜ਼ਰਿਆਂ 'ਚ ਰੋਵਣ ਦੀ ਆਵਾਜ਼ ਪਈ ਆਉਂਦੀ ਏ। ਜਲਦੀ ਕਰ ਜਲਦੀ ਕਰ ਇਹਦਾ ਕਲਾਮ ਕੱਤਾ ਕਰ, ਬੱਚੜੇ ਮਰਨ ਉਮਰ ਸਾਥ ਦੇ। ਹੁਰਮਲ ਨੂੰ ਆਖਿਆ ਤੀਰ ਚਲਾ, ਚਿਬਲਾ ਮੇਰੇ ਕੋਲ ਮੌਜੂਦ ਹਨ, 27 ਕਿਲੋ ਦੀ ਕਮਾਨ ਚਾਹੀਏ। ਮੈਂ ਤਾਂ ਪੜ੍ਹਨਾ ਜੀ, ਮੈਂ ਤਾਂ ਲਫ਼ਜ਼ ਆਖਣਾ, 27 ਕਿਲੋ ਦੀ ਗੁਲਾਮ ਅਬਾਸ ਕਮਾਨ ਚਾਹੀਏ। 9 ਕਿਲੋ ਦਾ ਤੀਰ ਚਾਹੇ, ਹਾਏ ਕਬੂਲ ਹੋਵੇ, ਹਾਏ ਕਬੂਲ ਹੋਵੇ, ਹਾਏ ਕਬੂਲ ਹੋਵੇ। 9 ਕਿਲੋ ਵਜ਼ਨ ਹੈ ਤੀਰ ਦਾ, 6 ਮਾਂ ਦਾ ਸਗੀਰ ਏ। ਮੈਂ ਕਿਹੜੀ ਕਸਮ ਚਾਹਵਾਂ ਤੇ ਬੰਦਾ ਯਕੀਨ ਕਰੇ, ਕਿਉਂਕਿ ਜ਼ਰੂਰੀ ਨਹੀਂ ਮਜਲਿਸ ਸਿਰਫ ਸ਼ੀਆ ਹੋਵੇ, ਕੋਈ ਸੁਣਨੀ ਬਿਰਾ ਬੈਠਾ ਹੀ। ਮੈਨੂੰ ਅਲਮਾ ਵਾਲੇ ਦੀ ਕਸਮ ਤੇ ਮੈਨੂੰ ਲਾ ਇਲਾ ਇਲੱਲਾ ਮੁਹੰਮਦ ਰਸੂਲ ਅੱਲਾ ਅਲੀ ਉਨ ਵਲੀ ਉੱਲਾ ਵਸੀਉ ਰਸੂਲ ਅੱਲਾ, ਇਸ ਤੋਂ ਵੱਡੀ ਕਸਮ ਵੀ ਕੋਈ ਨਹੀਂ। ਇਸ ਕਮੀਨੇ ਆਪਣੇ ਨੌਕਰ ਨੂੰ ਆਖੇ, ਅੱਜ ਮੈਨੂੰ ਇਤਨੀ ਸ਼ਰਾਬ ਪਿਲਾ ਮੈਨੂੰ ਅਸਗਰ ਅਕਬਰ ਨਜ਼ਰ ਆਵੇ। ਬੰਦ ਕਰ ਦਿਓ ਇਹ ਪੱਖਾ, ਬੰਦ ਕਰ ਦਿਓ ਪੱਖਾ, ਪੱਖਾ ਪਿੱਛੋਂ ਬੰਦ ਕਰ ਦਿਓ ਅਗਰ ਹੋ ਸਕੇ ਤੇ। ਇਤਨੀ ਸ਼ਰਾਬ ਪਿਲਾ ਮੇਰੇ ਵੱਲ ਵੇਖੋ ਜੀ, ਮੇਰੇ ਵੱਲ ਇਤਨੀ ਸ਼ਰਾਬ ਪਿਲਾ ਮੈਨੂੰ ਅਸਗਰ ਵੇਖੀ ਮੇਰੇ ਪਾਸੇ ਅਕਬਰ ਨਜ਼ਰ ਆਵੇ। ਇਸ ਤੀਰ ਚਬਾ ਚਾਹੇ ਕਮਾਨ 'ਚ ਫਿਟ ਕੇ ਮੇਰੇ ਵੱਲ ਵੇਖੀ, ਮੇਰਾ ਵੀਰ ਮੇਰੇ ਵੱਲ ਵੇਖੀ, ਮਜਲਿਸ ਦੇ ਰਬਤ ਨਾ ਤਰੋੜੀ ਨਮਾਜ਼ ਆਈ। ਇਸ ਅੱਖੇ ਇਤਨੀ ਸ਼ਰਾਬ, ਇਸ ਐਂ ਕਰਕੇ ਤੀਰ ਦਾ ਨਿਸ਼ਾਨਾ ਲਾਇਆ। ਜ਼ੇਹਨ 'ਚ ਹੁਰਮਲ ਰਿਵਾਇਤ ਕਰਦੇ, ਜ਼ੇਹਨ 'ਚ ਖਿਆਲ ਆਇਆ ਜਿਹੜਾ ਤੀਰ ਜੋ ਮੈਂ ਅਸਗਰ ਨੂੰ ਮਾਰਨਾ, ਏਡਾ ਵੱਡਾ ਤੀਰ ਅੰਦਾਜ਼ ਆ। ਇਹੋ ਤੀਰ ਇੱਕੋ ਮੇਰੇ ਕੋਲ ਬੱਚੇ ਹੈ ਜਿਹੜਾ ਜੰਗਾਂ 'ਚ ਹੈਵਾਨਾਂ ਨੂੰ ਮਾਰੀ ਦੇ। ਭਾਅ ਜੀ ਅਦੇ ਮੈਂ ਅਸਗਰ ਦੀ ਬਜਾਏ ਜੋ ਸ਼ਬੀਰ ਨੂੰ ਮਾਰ ਛੋੜਾਂ, ਜੀਗਰ ਤੋਂ ਪਹਿਲੇ ਜੰਗ ਮੁਕਾ ਦੇਵਾਂ। ਇਹ ਅਦੇ ਮੈਂ ਆਪਣਾ ਨਿਸ਼ਾਨਾ ਬਦਲਿਆ, ਮੇਰੇ ਵੱਲ ਵੇਖੀ, ਮੇਰੇ ਵੱਲ ਵੇਖੀ, ਇਹ ਇੱਥੇ ਅਲੀ ਅਸਗਰ ਸ਼ਬੀਰ ਚਾਖੜ। ਆਦਾ ਮੈਂ ਆਪਣਾ ਨਿਸ਼ਾਨਾ ਬਦਲਿਆ, ਮੇਰਾ ਦਿਲ ਬਣਿਆ ਮੈਂ ਅਸਗਰ ਨੂੰ ਨਹੀਂ ਮਾਰਦਾ, ਮੈਂ ਸ਼ਬੀਰ ਨੂੰ ਮਾਰਾਂ। ਆਦੇ ਕੋ ਬੜੀ ਸਿਆਣੀ ਮਾਂ ਆਈ ਅਲੀ ਅਸਗਰ ਦੀ, ਦਰਵਾਜ਼ੇ ਤੇ ਆ ਕੇ ਹੱਕਲ ਮਾਰ ਕੇ ਦੀ, ਅਸਗਰ ਹੁਸ਼ਿਆਰ ਜਿਹੜੇ ਰੰਗ ਨਾਲ ਤੀਰਾਂ ਦਾ ਪਿਆ ਤੇਰੇ ਲਈ ਲੱਗਣਾ, ਬੀਬੀ ਦੀ ਜੇ ਤੀਰ ਤੇਰੇ ਬਾਬੇ ਨੂੰ ਲੱਗਾ ਮੈਂ ਤੇਰੀ ਮਾਂ ਨਾ ਬਣਸਾ। ਕਿਹੜਾ ਬੰਦਾ ਜਿਹੜਾ ਦਿਨ ਗੱਦੀ ਖੁਸ਼ੀ ਸ਼ੀਆ ਮੈਂ ਹੈ ਨਿਕਲ ਸਕਿਆ, ਆਦੇ ਮੈਂ ਤੀਰ ਚਲਾਏ ਅਲੀ ਅਸਗਰ ਬਾਬੇ ਦੇ ਹੱਥਾਂ ਤੇ ਉਛਲੇ ਆਇਆ, ਮੈਨੂੰ ਗਾਜ਼ੀ ਦੀ ਕਸਮ ਅਲੀ ਅਸਗਰ ਦੇ ਗਲੇ ਤੀਰ ਲਗਾਇਆ, ਸ਼ਬੀਰ ਪੱਤਰ ਦਾ ਮੱਥਾ ਚੁੰਮਿਆ ਮੇਰਾ ਲਾਲ ਪਾਣੀ ਪੀਂਦਾ ਹੀ, ਨਿੱਕੇ ਨਿੱਕੇ ਆਤਮਨ ਕਹਦਾ ਬਾਬਾ ਮਾਂ ਦੇ ਸਾਹਮਣੇ ਸ਼ਿਕਾਇਤ ਨਾ ਕਰੇ, ਆਦੇ ਬਾਬਾ ਤੀਰ ਦੀਆਂ ਨੋਕਾਂ ਸ਼ਾਬਾਸ਼ ਜੀ। ਅੱਲਾ ਪੁਰਸਾ ਤੋਂ ਹੌਸਲਾ ਮੂੰਹ ਤੇ ਪੁਰਸਾ ਪੜਨ ਵਾਲੇ ਜੀ 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 ਬਾਬਾ ਜੀ, ਹੌਸਲਾ ਕਰੇ, ਹੌਸਲਾ ਹੌਸਲਾ ਮੇਰਾ ਭਾਈ ਹੌਸਲਾ।
ਅਰੇ ਬਾਬਾ ਮਾਂ ਦੇ ਸਾਹਮਣੇ ਸ਼ਿਕਾਇਤ ਨਾ ਕਰੇ ਤੀਰ ਦੀਆਂ ਨੋਕਾਂ ਵੱਡੀਆਂ ਮੇਰਾ ਗੱਲ ਛੋਟਾ ਜਿਸ ਵੇਲੇ ਮੈਂ ਆਖਾਂ ਉਸ ਵੇਲੇ ਮੈਨੂੰ ਗਾਜ਼ੀ ਦੇ ਕੱਠੇ ਬਾਜੂਆਂ ਦੀ ਕਸਮ ਹੈ ਜਿਹੜੇ ਬੰਦੇ ਦੇ ਗਾਲੇ ਚਲਾ ਦੇ ਜਿਹਨਾਂ ਦੇ ਗਾਲੇ ਛੋਟੀਆਂ ਲਾ ਦੇ ਲਫ਼ਜ਼ ਮੈਂ ਪੜਾ ਰਾਤ ਮੈਂ ਕਿੱਥੇ ਲੈ ਜਾਵਾਂ ਲਫ਼ਜ਼ ਮੈਂ ਇਹੋ ਖੋਜਾ ਦਾ ਜੇ ਕਿਸੇ ਨੂੰ ਸਮਝ ਆ ਗਿਆ ਵੀ ਜ਼ਿੰਦਗੀ ਦਾ ਰੋਣ ਪੁੱਛੋ ਮੇਰੇ ਕੋਲੋਂ ਇਮਰਾਨ ਕਾਦਮੀ ਮੰਦਰ ਕਿਹੜਾ ਪਿਓ ਦੇ ਹੱਥਾਂ ਤੇ ਪੁੱਤਰ ਦੀ ਗਰਦਨ ਲਟਕ ਗਈ ਨਹੀਂ ਸਮਝ ਆਈ ਨਹੀਂ ਸਮਝ ਆਈ ਹਲਕੇ ਦਾ ਮਾਤਮੀ ਹੈ ਕਰੇ ਜੀ ਬਾਬਾ ਪਿਓ ਦਾ ਨੱਪ ਲੋ ਭਾਈ ਨੂੰ ਨੱਪ ਲੋ ਨੱਪ ਲੋ ਪਿਓ ਦੇ ਹੱਥਾਂ ਤੇ ਪੁੱਤਰ ਦੀ ਗਰਦਨ ਲਟਕ ਗਈ ਆ ਮੈਨੂੰ ਗਾਜ਼ੀ ਦੇ ਕਿੱਥੇ ਬਾਜੂਆਂ ਦੀ ਕਸਮ ਹੈ ਸ਼ਹੀਦ ਬਿਸਮਿਲਲਾ ਕਰਾਂ ਸ਼ਹੀਦ ਜੀ ਕਰਾਂ ਜੀ ਸਹੀ ਅੱਲਾਹ ਦੇ ਮਕਸੂਦ ਬਿਰਾ ਪਿਆ ਦਾ ਜਲਦੀ ਨਾ ਕਰ ਬੋਲੋ ਬੜਾ ਔਖੇ ਜਮਲੇ ਪਿਓ ਦੇ ਜੀ ਬਿਸਮਿਲਲਾ ਕਰਾਂ ਸਦਕੇ ਜਾਵਾਂ ਪਿਓ ਦੇ ਹੱਥਾਂ ਤੇ ਪੁੱਤਰ ਦੀ ਗਰਦਨ ਲਟਕੀ ਭਵਿਆ ਭਾਈ ਭਵਿਆ ਭਵਿਆ ਇਹਨੂੰ ਬਿਠਾ ਲਓ ਅਜੇ ਮੈਨੂੰ ਸਹੀ ਤੇ ਪੜਦਾ ਬਹਿ ਜਾਓ ਜਦੋਂ ਮੈਨੂੰ ਸਹੀ ਮੁਕਾਮ ਫਿਰ ਕਰੇ ਪਿਓ ਦੇ ਹੱਥਾਂ ਤੇ ਪੁੱਤਰ ਦੀ ਗਰਦਨ ਲਟਕ ਗਈ ਕਿਹੜਾ ਬੰਦਾ ਜਿਹੜਾ ਸਾਰੀ ਜ਼ਿੰਦਗੀ ਰੋ ਨਹੀਂ ਸਕਿਆ ਸਫੀਰ ਕਿਤੇ ਦੇ ਪਿੱਛੇ ਆ ਬੈਠੇ ਅਜੇ ਦੁੱਖ ਮੈਂ ਪੜ ਮੈਂ ਸੋਚ ਰਿਹਾ ਮੈਂ ਕਿਵੇਂ ਪੜਾ ਮਾਤਮੀ ਦੀ ਹਾਲਤ ਅਜੀਬ ਹੈ ਗਰਮੀ ਦਾ ਮੌਸਮ ਹੈ ਕਿਤੇ ਦੇ ਪਿੱਛੇ ਆ ਬੈਠੇ ਤਲਵਾਰ ਨੂੰ ਪਹਿਲੇ ਤਲਵਾਰ ਮੈਨੂੰ ਅਸਗਰ ਦੀ ਕਬਰ ਬਣਾ ਦੇ ਤਲਵਾਰ ਅਜੀ ਤੇਰੇ ਦੁਸ਼ਮਣ ਨਾਲ ਲੜ ਰਹੀ ਆ ਤੇਰੇ ਪੁੱਤਰਾਂ ਦੀਆਂ ਕਬਰਾਂ ਬਣਾਵਣ ਲਈ ਆ ਜੀ ਸਈਆ ਦਾ ਤਲਵਾਰ ਮੈਨੂੰ ਵੇਖ ਮੇਰੇ ਸਾਰੇ ਮਾਰ ਗਏ ਮੇਰੇ ਮਾਣ ਮੁੱਕ ਗਏ ਕਿਵੇਂ ਮੰਨਾ ਮੰਨਾ ਸ਼ੀਏ ਜਿਹਦੇ ਗਾਰੇ ਚਲਾ ਦੇ ਬੰਦੇ ਹੈ ਨਹੀਂ ਕੀਤੀ ਆ ਮੈਨੂੰ ਗਾਜ਼ੀ ਦੀ ਕਸਮ ਹੈ ਜਬਰੀ ਲੱਲਾ ਦੀ ਬਾਰਗਾ ਚ ਹਾਜ਼ਰ ਹੋਇਆ ਆ ਅਕਲ ਮਾਰ ਕੇ ਦੇ ਮਾਲਕ ਉਹ ਹੁਸੈਨ ਨੇ ਜਿੰਨਾ ਝੁਲਾ ਮੇ ਅਰਸ਼ਾ ਤੇ ਜਾ ਕੇ ਝੁਲਾਇਆ ਮਾਲਕ ਮੈਨੂੰ ਯਾਦ ਦੇ ਮੈਂ ਉਸਤਾਦ ਦੇ ਪੁੱਤਰ ਦੀ ਮਦਦ ਕਰਾਂ ਸੈਯਦਾ ਦੇ ਜਬਰੀਲ ਜਬਰੀਲ ਬਣ ਕੇ ਨਾ ਜਾਵੀ ਗਾਜ਼ੀ ਬਣ ਕੇ ਜਾ ਆ ਵੇਖ ਮੁੜ ਮੁੜ ਅਬਾਸ ਨੂੰ ਬੁਲਾਉਂਦਾ ਆ ਜਬਰੀਲ ਗਾਜ਼ੀ ਬਣ ਕੇ ਕਰਬਲਾ ਆਇਆ ਆ ਮੋਢੇ ਤੇ ਹੱਥ ਰੱਖ ਕੇ ਦੇ ਮੌਲਾ ਹਟ ਜਾ ਨੌਕਰ ਹਾਜ਼ਰ ਕਿਤਨੀ ਜਲਦੀ ਹੋ ਸਕਦਾ ਕਰਬਲਾ ਛੋੜ ਅਤੇ ਦੌਲਾ ਬਚਾ ਸਜਦਾ ਤੇ ਮਤੋ ਗਾਜ਼ੀ ਸਮਝ ਕੇ ਮੇਰੀ ਜ਼ੈਨਬ ਦੇ ਵਾਲ ਓ ਮੇਰੀ ਮਾਤਾ ਜੀ 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 ਕਰਾਂ ਹੌਸਲੇ ਹੌਸਲੇ ਨਾਲ ਮਤਾ ਗਾਜ਼ੀ ਸਮਝ ਕੇ ਮੇਰੀ ਜ਼ੈਨਬ ਬਾਹਰ ਆ ਜਾਵੇ ਮਤਾ ਮੇਰੀ ਸਕੀਨਾ ਬਾਹਰ ਆ ਜਾਵੇ ਫੜਾ ਜੁਮਲੇ ਮੈਂ ਤੁਹਾਡੇ ਕੋਲ ਜਾ ਜਿਤਨੇ ਹਲਕੇ ਦੇ ਮਾਤਮੀ ਹੱਥ ਖੜਾ ਕਰੋ ਜਿਤਨੇ ਹਲਕੇ ਦੇ ਮਾਤਮੀ ਹੱਥ ਬਿਰਾ ਤੁਸੀਂ ਹਲਕੇ ਦੇ ਮਾਤਮੀ ਹੋ ਢੇਰ ਸਾਰੇ ਮਾਤਮੀ ਐਸੇ ਨਜ਼ਰ ਆਏ ਜਿਹਨਾਂ ਹੱਥ ਤੁਹਾਨੂੰ ਵਾਸਤੇ ਅਲੀ ਅਕਬਰ ਦੇ ਮਾਤਮੀ ਹੋਵਣ ਦਾ ਜੁਮਲਾ ਮੈਂ ਪੜਾ ਤੇ ਇਤਨਾ ਹੱਥ ਜ਼ਰੂਰ ਮਾਰੀ ਤੇਰਾ ਗਵਾਹ ਬਣ ਜੱਗੇ ਨਾਲ ਲਾ ਬੰਦਾ ਜੋ ਅਲੀ ਅਕਬਰ ਦੇ ਮਾਤਮੇ ਸੀਨੇ ਤੇ ਹੱਥ ਮਾਰੇ ਸ਼ਬੀਰ ਪੁੱਤਰ ਨੂੰ ਦਫ਼ਨ ਇੱਕ ਅਮਲ ਕਰਦੇ ਆ ਦਾਵੀ ਦੇ ਦਿਹਾੜੇ ਯਾਦ ਹੋਵੇ ਕਿਸੇ ਨੂੰ ਤੇ ਕਿਬਲਾ ਅਦਰ ਫਿਰਾ ਸਰ ਚਵੇ ਇੱਕ ਅਮਲ ਕਰਦੇ ਆ ਕਿਹੜਾ ਅਮਲ ਸੱਤ ਦਫਾ ਅੱਗੇ ਸੱਤ ਦਫਾ ਪਿੱਛੇ ਤਾਕਤ ਦੀ ਬੀਬੀ ਮੈਂ ਲਫ਼ਜ਼ ਪੜ ਜਾਵਾਂ ਸੱਤ ਦਫਾ ਅੱਗੇ ਸੱਤ ਦਫਾ ਪਿੱਛੇ ਕਿਸ ਵੇਲੇ ਸੈਯਦ ਅਮਲ ਬਣਿਆ ਸ਼ਬੀਰ ਅਸਗਰ ਦੀ ਮਾਂ ਦੇ ਰਾਜਾ ਸਾਹਿਬ ਦਰਵਾਜ਼ੇ ਤੇ ਆਇਆ ਸੱਤ ਵਾਰੀ ਅੱਗੇ ਪੁੱਤਰ ਨੂੰ ਦਫ਼ਨ ਕਰਕੇ ਆਇਆ ਨਾ ਸੱਤ ਵਾਰੀ ਅੱਗੇ ਸੱਤ ਵਾਰੀ ਪਿੱਛੇ ਕਿਹੜਾ ਬੰਦਾ ਇਹਦੇ ਘਰ ਚਲਾ ਦੇ ਬੰਦਾ ਹੈ ਨਿਕਲ ਸਕਿਆ ਜਦੋਂ ਸੱਚੀ ਵਾਰ ਦਰਵਾਜ਼ੇ ਤੇ ਅਸਰ ਦੀ ਮਾਂ ਦੀ ਲੰਗਾ ਮੈਂ ਹਾਜ਼ਰਾ ਨਹੀਂ ਹਾਏ 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 ਲੰਗਾ ਮੈਂ ਹਾਜ਼ਰਾ ਨਹੀਂ ਮੈਂ ਅਸਰ ਦੀ ਮਾਂ ਅਕਲ ਮਾਰ ਕੇ ਮੈਨੂੰ ਸ਼ਰੀਰ ਸਾਹਮਣੇ ਰੋਣ ਲੱਗ ਪੈਣ ਹੱਥ ਬਣ ਕੇ ਦਿਓ ਤੇਰੀ ਮਿੰਨਤ ਕਰੇ ਦੀਆਂ ਮੇਰੇ ਸਾਹਮਣੇ ਨਾ ਰੋ ਮੈਂ ਤੇਰਾ ਸ਼ੁਕਰੀਆ ਅਦਾ ਕਰੇ ਦੀਆਂ ਮੈਨੂੰ ਸ਼ਹੀਦ ਦੀ ਮਾਂ ਬਣਾਇਆ ਹੁਣ ਸ਼ਬੀਰ ਰੋਣ ਲੱਗ ਪੈਣ ਅਕਲ ਮਾਰ ਕੇ ਦੀ ਮੌਲਾ ਕਿਹੜੀ ਮਰ ਜਾਵਾਂ ਮੈਂ ਸਦਰ ਹੌਸਲਾ ਨਾ ਭੁਲੋ ਆਤਮਾਤਮੀਆਂ ਦੇ ਨਾ ਭੁਲੋ ਹੌਸਲਾ ਕਰੋ ਕਿੱਥੋਂ ਤਾਈਂ ਪਾ ਪੜਿਆ ਕਿੱਥੋਂ ਤਾਈਂ ਮੈਂ ਜਾਣ ਬੁੱਝ ਕੇ ਸਾਈ ਕਢਾਈ ਹੈ ਮੈਨੂੰ ਮਜਲਿਸ ਦੀ ਕਸਮ ਮੈਂ ਸਾਈ ਕਢਾਈ ਹੈ ਮੈਂ ਤਾਂ ਗਰਮੀ ਦਾ ਮੌਸਮ ਹੈ ਇੱਕੋ ਮਾਤਮੀ ਮਰ ਨਾ ਜਾਵੇ ਹੁਣ ਮੈਂ ਨਹੀਂ ਰੋਕਣਾ ਇਸ ਤੋਂ ਅੱਗੇ ਨਹੀਂ ਰੋਕਣਾ ਹੁਣ ਇਸ ਜੁਮਲੇ ਤੇ ਤੂੰ ਮੰਗੀ ਦੁਆ ਮੈਂ ਮਰ ਜਾਵਾਂ ਅਲੀ ਅਸਗਰ ਦਾ ਦੁੱਖ ਨਹੀਂ ਮੌਤ ਹੈ ਦਿਲ ਨਹੀਂ ਆਦਾ ਬੰਦੇ ਦਾ ਮੈਂ ਜੀਵਾਂ ਕਿਉਂ ਆਏ ਬੰਦਾ ਮਜਲਿਸ ਹੈ ਜਿਹੜਾ ਮੰਗਣ ਵੀ ਆਇਆ ਤੇ ਆਏ ਨਹੀਂ ਕਰ ਸਕਿਆ ਸ਼ਬੀਰ ਪੁੱਤਰ ਨੂੰ ਦਫ਼ਨ ਕੀਤਾ ਹੈ ਉਹ ਮੇਰੇ ਵਤਨ ਵਾਲਿਓ ਕਬਰ ਦਾ ਨਿਸ਼ਾਨ ਮਿਟਾਇਆ
ਇੱਕ ਕਦਮ ਸ਼ਬੀਰ ਟੁਰਦੇ ਪਿੱਛੇ ਮੁੜ ਕੇ ਦੇਸ਼ਾਂ ਲਾ ਕਬਰ ਨਸੀਬ ਹੋਈ ਉਹਨੇ ਤੇਰਾ ਅੱਲਾ ਨਾ ਤੇਰਾ ਹੌਸਲਾ ਭਾਈ ਰੱਬ ਲੋ ਨਾ ਤੇਰਾ ਰੱਬ ਲੋ ਮਾ ਦੁਨੀਆ ਨੂੰ ਮਾਰਨ ਮਕਸਦ ਹੀ ਨਹੀਂ ਇੱਜ਼ਤ ਤੇ ਹੁਸੈਨ ਦੀ ਕਸਮ ਮੈਂ ਫਿਰ ਕੇ ਪੁੱਛਦਾ ਕਿ ਆਖੋ ਤੇ ਮੇਰੇ ਇਸ ਘਰ ਦਾ ਦੁੱਖ ਬੜਾ ਬੋਲੋ ਬੋਲੋ ਪੜਾ ਲਈ ਇਸ ਘਰ ਦਾ ਦੁੱਖ ਜਿਵੇਂ ਮੁਸਲਮਾਨ ਮਾਰਿਆ ਸ਼ਬੀਰ ਸ਼ਬੀਰ ਤੋਂ ਵੀ ਛੁੱਟ ਗਈ ਲੈ ਕੇ ਸ਼ਬੀਰ ਹਰ ਕਾਤਲ ਦੇ ਹੱਥ ਚ ਆਪਣੇ ਆਪਣੇ ਮਕਤੂਲ ਦਾ ਸਾਰੇ ਉਲ ਮਲਾ ਦੇ ਮੈਨੂੰ ਹੁਸੈਨ ਦਾ ਛੋਟਾ ਮੁਜਾਹਿਦ ਨਹੀਂ ਲੱਗਦਾ ਇੱਕ ਕੁੱਤੇ ਦਾ ਬੱਚਾ ਦੇ ਮੇਰੀ ਤੇ ਹੁਸੈਨ ਦਾ ਫੁੱਲ ਫਿਕਰਦਾ ਮੇਰੇ ਵਤਨ ਨਾਲ 400 ਜਵਾਨ ਘੋੜਿਆਂ ਤੇ ਚੜ ਗਏ ਹੱਥਾਂ 'ਚ ਨੇਜ਼ੇ ਪਕੜੇ ਕਰਬਲਾ ਦੀ ਨਕਲੀ 'ਚ ਨੇਜ਼ੇ ਮਾਰੇ ਨੇਜ਼ੇ ਨਾਲ ਅਸਗਰ ਬਾਹਰ ਆਇਆ ਇੱਕ ਪਾਸੋਂ ਖੋਲੀ ਪਕੜੇ ਇੱਕ ਪਾਸੋਂ ਸ਼ਿਮਰ ਪਕੜੇ ਨਾ ਰੱਜ ਕੇ ਜਾ ਮਾਤੇ 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 ਨਾ ਰੱਜ ਕੇ ਜਾ।